रस पिया रे, राम रस पिया रे, जे रस बिसर गए रस और। Yeah.
ਸ੍ਰੀ ਭਗਵਤੀ ਜੀ ਕੀ ਪਾਤ ਸ਼ਾਹੀ ਦਸਵੀਂ ਪ੍ਰਿਤਮ ਭਗਵਤੀ ਸਿਮਰ ਕੈ ਗੁਰਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਰਦਾਸ ਰਾਮ ਦਾਸੈ ਹੋਈ ਸਹਾਇ ਸਭ ਥਾਈ ਹੋਏ ਸਹਾਇ ਵਾਰ ਵਾਰਿਆਂ ਨੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਕੇ ਸਾਂ ਸਵਾਸਾਂ ਸੰਗ ਨਿਭਾਹੀ ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਚੇਤਿਆਂ ਮਨਕਾਰ ਸਦਕਾਰ ਸਭ ਸੁਖ ਹੋਵੇ ਜਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰੱਖਿਆ ਰਹਿ ਦੇਖ ਦੇਖ ਬਦੇ ਬਿਰਧ ਕੀ ਪੈਂਚ ਪੰਧ ਕੀ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਆਪ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਖਾਲਸਾ ਸੰਗਤ ਕਰਦਿਆਂ ਵਿਖੜੇ ਮਾਰਗ ਨੂੰ ਸਵਾਰਨ ਦੀਆਂ ਕੋਸ਼ਿਸ਼ਾਂ ਰੱਬੀਆਂ ਬਾਪੂ ਜੀ ਅਜਾਇਬ ਸਿੰਘ ਦੇ ਤਿੰਨ ਬੇਟੇ ਭਾਈ ਜਸਕੰਤ ਸਿੰਘ ਜੀ ਖਾਨ ਸਰਵਾਲਾ ਕੌਮੀ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਪਾਰਟੀ ਦੀ ਰੀੜ ਦੀ ਹੱਡੀ ਭਾਈ ਗੁਰਕਰਨ ਸਿੰਘ ਜੀ ਭਾਈ ਕੰਵਰ ਰਾਓ ਨਿਹਾਲ ਸਿੰਘ ਜੀ ਜਿਹੜੇ ਕਿ ਇਸ ਸਮਾਜ ਵਿੱਚ ਆਪਣੀਆਂ ਸਮਾਜ ਸੇਵੀ ਕੰਮਾਂ ਵਿੱਚ ਉੱਚੀਆਂ ਬੁਲੰਦੀਆਂ ਤੇ ਪਹੁੰਚੇ ਨੇ ਪਿੱਛੋਂ ਪਰਿਵਾਰ ਦੀ ਫਲਾੜੀ ਜੈਵ ਸਿੰਘ ਸਿੱਧੂ ਕੁਛ ਦਿਨ ਪਹਿਲਾਂ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਕੇ ਚਲੇ ਗਏ ਕਿਉਂਕਿ ਮੌਤ ਹੈ ਜਿਹੜੀ ਇੱਕ ਅਟਲ ਸੱਚਾਈ ਹੈ ਜੋ ਵੀ ਇਨਸਾਨ ਇਸ ਦੁਨੀਆਂ ਤੇ ਆਉਂਦਾ ਹੈ ਇੱਕ ਨਾ ਇੱਕ ਦਿਨ ਉਸਨੇ ਇਸ ਦੁਨੀਆਂ ਤੋਂ ਚਲੇ ਜਾਣਾ ਹੈ ਕਿਉਂਕਿ ਮੌਤ ਦਾ ਦਿਨ ਹੈ ਜਿਹੜਾ ਨਿਸ਼ਚਿਤ ਹੁੰਦਾ ਪਰ ਜਿਹੜਾ ਇਨਸਾਨ ਇਸ ਦੁਨੀਆਂ ਤੇ ਆਉਂਦਾ ਹੈ ਉਹ ਕਿਸ ਤਰ੍ਹਾਂ ਇਸ ਦੁਨੀਆਂ ਤੇ ਵਿਚਰ ਕੇ ਜਾਂਦਾ ਹੈ ਕਿਸ ਤਰ੍ਹਾਂ ਦਾ ਜੀਵਨ ਹੈ ਜਿਹੜਾ ਇਸ ਦੁਨੀਆਂ ਤੇ ਬਤੀਤ ਕਰਕੇ ਜਾਂਦਾ ਹੈ ਉਹਦਾ ਲੇਖਾ ਜੋਖਾ ਜਿਹੜਾ ਆਪਾਂ ਪਿੱਛੋਂ ਬੈਠ ਕੇ ਰਿਸ਼ਤੇਦਾਰ ਦੋਸਤ ਮਿੱਤਰ ਸਾਰੇ ਕਰਦੇ ਹਾਂ ਮੈਥੋਂ ਪਹਿਲਾਂ ਬੋਲਦੇ ਹੋ ਸਟੇਟ ਸੈਕਟਰੀ ਸਾਹਿਬ ਨੇ ਬੜੇ ਵਿਸਥਾਰ ਨਾਲ ਤੁਹਾਨੂੰ ਬਾਪੂ ਜੀ ਦੇ ਜੀਵਨ ਬਾਰੇ ਦੱਸਿਆ ਜਿੱਥੇ ਉਹ ਲੰਮੀ ਉਮਰ ਭੋਗ ਕੇ ਗਏ ਹੈ ਗੁਰਸਿੱਖ ਪਰਿਵਾਰ ਆ ਸਾਰਾ ਇਹ ਉੱਥੇ ਬੜੇ ਹਸਮੁਖ ਸੁਭਾਅ ਦੇ ਇਨਸਾਨ ਸੀ ਉਹ ਜਦੋਂ ਵੀ ਕਿਤੇ ਕਿਸੇ ਨੂੰ ਮਿਲਦੇ ਸੀ ਤਾਂ ਖੁਸ਼ ਮਿਜਾਜ ਮਿਲਦੇ ਸੀ ਆਪਦੀ ਜ਼ਿੰਮੇਵਾਰੀ ਹੈ ਜਿਹੜੀ ਪਰਿਵਾਰ ਪ੍ਰਤੀ ਪੰਥ ਪ੍ਰਤੀ ਬਖੂਬੀ ਨਿਭਾ ਕੇ ਗਏ ਹੈ ਕਿਸੇ ਮਾਲੀ ਦੇ ਬਾਰੇ ਜੇ ਪਤਾ ਕਰਨਾ ਹੋਵੇ ਤਾਂ ਉਸਦੇ ਬਾਗ ਤੋਂ ਪਤਾ ਲੱਗ ਜਾਂਦਾ ਹੈ ਕਿ ਉਹਦੇ ਬਾਗ ਦੇ ਜਿਹੜੇ ਬੂਟੇ ਹੈ ਫਲ ਉਹ ਕਿਸ ਤਰ੍ਹਾਂ ਦੇ ਬਾਪੂ ਜੈਬ ਸਿੰਘ ਸਿੱਧੂ ਸਾਹਿਬ ਦੇ ਜਿਹੜੇ ਬੇਟੇ ਹੈ ਉਹ ਕਿਸੇ ਜਾਣ ਪਛਾਣ ਦੇ ਮੁਤਾਜ ਨਹੀਂ ਉਹਨਾਂ ਨੇ ਸਾਰੀ ਦੁਨੀਆਂ ਦੇ ਵਿੱਚ ਆਪਣੇ ਪਰਿਵਾਰ ਦਾ ਇਲਾਕੇ ਦਾ ਜਿਹੜਾ ਨਾਂ ਰੋਸ਼ਨ ਦੁਨੀਆਂ ਦਾ ਸਫ਼ਰ ਸਮਾਪਤ ਕਰਕੇ ਗੁਰੂ ਸਾਹਿਬ ਦੇ ਚਰਨਾਂ ਚ ਜਾ ਲੱਗੇ ਆ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਕਿਹਾ ਕਰਦੇ ਸੀ ਕਿ ਸਰੀਰਕ ਮੌਤ ਨੂੰ ਮੈਂ ਮੌਤ ਨਹੀਂ ਸਮਝਦਾ ਪਰ ਜਦੋਂ ਜ਼ਮੀਰ ਮਰ ਜੇ ਇਤੋਂ ਮਾੜੀ ਮੌਤ ਨਹੀਂ ਹੋਇਆ ਕਰਦੀ ਸਰਦਾਰ ਅਜਾਇਬ ਸਿੰਘ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਜਥੇ ਤੋਂ ਉਹਨਾਂ ਤੋਂ ਅੰਮ੍ਰਿਤ ਛਕਿਆ ਔਰ ਸਾਰੀ ਉਮਰ ਇਹਨਾਂ ਨੇ ਪੰਥ ਦੀ ਜਮਹੂਰੀਅਤ ਦੀ ਤੇ ਲੋਕਾਂ ਦੀ ਸੇਵਾ ਕੀਤੀ ਹੈ ਇਹਨਾਂ ਨੂੰ ਇਸ ਇਲਾਕੇ ਦਾ ਪਹਾੜਾਂ ਦਾ ਬਹੁਤ ਭਾਰੀ ਗਿਆਨ ਸੀਗਾ ਸਿੱਖਾਂ ਦਾ ਜਿਹੜਾ ਕੌਮੀ ਪਰਿੰਦਾ ਉਹ ਬਾਜ ਹੈ
ਬਾਜ ਨੂੰ ਫੜਨਾ ਰੱਖਣਾ ਸਿਖਾਉਣਾ ਇਹ ਇਲਮ ਕਿਸੇ ਦੇ ਵਿੱਚ ਹੈ ਨਹੀਂ ਗਾ ਪਰ ਸਰਦਾਰ ਅਜੈਬ ਸਿੰਘ ਦੇ ਕੋਲੇ ਇਹ ਸਾਰੇ ਇਲਮ ਸੀਗੇ ਅੱਜ ਮੇਰਾ ਖਿਆਲ ਹੈ ਸਾਡੀ ਸੰਗਤ ਸਿੱਖਾਂ ਦੇ ਵਿੱਚੋਂ ਬਹੁਤ ਥੋੜ੍ਹੇ ਸਿੰਘ ਹੋਣਗੇ ਜਿਨ੍ਹਾਂ ਨੂੰ ਬਾਜ ਰੱਖਣਾ ਦਾ ਢੰਗ ਹੈਗਾ ਸੋ ਸਤਿਕਾਰਯੋਗ ਸਾਧ ਸੰਗਤ ਜੀ ਇਹਨਾਂ ਦੇ ਤਿੰਨ ਸਪੁੱਤਰ ਸਰਦਾਰ ਜਸਕਰਨ ਸਿੰਘ ਸਰਦਾਰ ਕਵਰ ਨੌ ਨਿਹਾਲ ਸਿੰਘ ਔਰ ਗੁਰਕਰਨ ਸਿੰਘ ਅਤੇ ਇਹਨਾਂ ਦੀ ਬੇਟੀ ਇਹਨਾਂ ਨੇ ਸਾਰਿਆਂ ਨੇ ਬਹੁਤ ਸੇਵਾ ਕੀਤੀ ਹੈ ਪੰਥ ਦੀ ਔਰ ਕਰਦੇ ਰਹਿਣਗੇ ਇਹ ਬਾਰਡਰ ਦਾ ਇਲਾਕਾ ਹੈ ਸਾਡੇ ਉੱਤੇ ਹਮੇਸ਼ਾ ਜੰਗ ਦੇ ਬੱਦਲ ਰਹਿੰਦੇ ਆ ਅਸੀਂ ਸਿੱਖ ਕੌਮ ਹੈ ਇੱਕ ਅਲੱਗਾ ਕੌਮ ਹੈ ਗੁਰੂ ਨਾਨਕ ਸਾਹਿਬ ਕਹਿੰਦੀ ਹੈ ਕਿ ਨਾ ਅਸੀਂ ਹਿੰਦੂ ਹੈ ਨਾ ਅਸੀਂ ਮੁਸਲਮਾਨ ਹੈ ਜਿਹੜੇ ਜੰਗ ਦੇ ਬੱਦਲ ਹੈ ਇਹਦੇ ਵਿੱਚ ਆਪ ਜੀ ਨੂੰ ਪਤਾ ਪੈਂਹਠ ਦੇ ਵਿੱਚ 71 ਦੇ ਵਿੱਚ ਫਿਰ ਹੁਣੇ 2 ਸਾਲ ਹੋਏ ਆ ਫਿਰ ਬਾਰਡਰ ਤੋਂ ਉਜਾੜੇ ਹੋਏ ਆ ਔਰ ਸਾਨੂੰ ਇਸ ਇਲਾਕੇ ਵਾਲਿਆਂ ਨੂੰ ਸਭ ਤੋਂ ਦੁੱਖ ਜ਼ਿਆਦਾ ਝੱਲਣਾ ਪੈਂਦਾ ਪਰ ਜੇ ਆਪਾਂ ਅਸਲੀ ਗੱਲ ਕਰੀਏ ਕਿ ਇਹ ਇੰਡੀਆ ਅਤੇ ਪਾਕਿਸਤਾਨ ਦੀ ਲੜਾਈ ਨਹੀਂ ਹੈ ਇਹ ਯਾਦ ਰੱਖਿਓ ਕਿ ਇੰਡੀਆ ਅਤੇ ਪਾਕਿਸਤਾਨ ਦੀ ਲੜਾਈ ਨਹੀਂ ਹੈ ਇਹ 712 ਤੋਂ ਲੈ ਕੇ ਅੱਜ ਤੱਕ ਜਿਹੜੀ ਲੜਾਈ ਹੈ ਇਹ ਹਿੰਦੂ ਅਤੇ ਮੁਸਲਮਾਨ ਦੀ ਹੈ ਸਾਨੂੰ ਵਿੱਚ ਐਵੇਂ ਪੀਸਿਆ ਗਿਆ ਨਾ ਸਾਡਾ ਕਿਸੇ ਹਿੰਦੂ ਨਾਲ ਦੁਸ਼ਮਣੀ ਹੈ ਨਾ ਕਿਸੇ ਮੁਸਲਮਾਨ ਦੇ ਨਾਲ ਹੈ ਅਤੇ ਅੱਜ ਫਿਰ ਜਿਵੇਂ ਕਸ਼ਮੀਰ ਤੋਂ ਹੁੰਦੇ ਹੁੰਦੇ ਬੱਦਲ ਜੰਗ ਦੇ ਫੇਰ ਲੱਗਦੇ ਜਾਂਦੇ ਹੈ ਬਾਪੂ ਜੀ ਸਰਦਾਰ ਅਜੈਬ ਸਿੰਘ ਜੀ ਦੇ ਦੁਸਹਿਰੇ ਦੇ ਭੋਗ ਦੇ ਵਿੱਚ ਗੁਰੂ ਦੀ ਹਾਜ਼ਰੀ ਭਰ ਰਹੀ ਸਤਿਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਬੁਲਾਓ ਫਤਿਹ ਆਪੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਬਾਪੂ ਅਜੈਬ ਸਿੰਘ ਅਤੇ ਉਹਦਾ ਸਮੁੱਚਾ ਪਰਿਵਾਰ ਬੜੀ ਚੜ੍ਹਦੇ ਕਲਾ ਵਾਲਾ ਪਰਿਵਾਰ ਹੈ ਇਸ ਪਰਿਵਾਰ ਨੇ ਜਿੱਥੇ ਪੰਥ ਦਾ ਬਹੁਤ ਵੱਡਾ ਸਾਥ ਦਿੱਤਾ ਅੱਜ ਵੀ ਪੰਥ ਦੀ ਬਹੁਤ ਵੱਡੀ ਲੜਾਈ ਲੜੀ ਜਾ ਰਹੀ ਹੈ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਜਿਹੜਾ ਪੈ ਰਿਹਾ ਹੈ ਇਸ ਪਰਿਵਾਰ ਦਾ ਉੱਥੇ ਮੇਰੇ ਨਾਲ ਇਸ ਪਰਿਵਾਰ ਦੇ ਬੜੇ ਨਿੱਜੀ ਬਹੁਤ ਹੀ ਨੇੜਿਓ ਸੰਬੰਧ ਨੇ ਬਾਪੂ ਅਜੈਬ ਸਿੰਘ ਜਦੋਂ ਮੈਂ ਮੈਂਬਰ ਪਾਰਲੀਮੈਂਟ ਬਣਿਆ ਅਤੇ ਅਸੀਂ ਖਾਲਸਾ ਗੁਰਦੁਆਰਾ ਸਾਹਿਬ ਦੇ ਵਿੱਚ ਬੈਠੇ ਸੀ ਬਾਪੂ ਅਰੂੜ ਸਿੰਘ ਜੀ ਵੀ ਇੱਥੇ ਹਾਜ਼ਰ ਨੇ ਉੱਥੇ ਸਰਦਾਰ ਜਸਕਰਨ ਸਿੰਘ ਜਿਹੜੇ ਇੰਸਪੈਕਟਰ ਦੀ ਨੌਕਰੀ ਕਰਦੇ ਸੀ ਅਤੇ ਇਹਨਾਂ ਦੀ ਬਾਂਹ ਮੇਰੇ ਹੱਥ ਵਿੱਚ ਫੜਾ ਕੇ ਉਹਨੇ ਕਿਹਾ ਬਜ਼ੁਰਗ ਨੇ ਕਹਿੰਦੇ ਇਹ ਜਿਹੜਾ ਮੇਰਾ ਪੁੱਤਰ ਹੈ ਪੜ੍ਹਿਆ ਲਿਖਿਆ ਇਹ ਮੈਂ ਪੰਥ ਨੂੰ ਵੀ ਦਿੱਤਾ ਹੈ ਅਤੇ ਮੈਂ ਤੁਹਾਨੂੰ ਵੀ ਦੇ ਇਹਦਾ ਘਰ ਹੁਣ ਉਹੀ ਘਰ ਹੋਊਗਾ ਅਤੇ ਸਾਰੀ ਸੰਗਤ ਵੀ ਜਾਣਦੀ ਹੈ ਕਿ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਜਿਹੜਾ ਬੜਾ ਹਿੰਸਕ ਬਰਕਤ